ਹਾਂਜੀ ਕਿਸਾਨ ਭਰਾਵੋ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ ਸਭ ਤੋਂ ਪਹਿਲਾਂ ਅੱਜ ਦੀ ਵੀਡੀਓ ਜਿਹੜੀ ਬਹੁਤ ਇੰਪੋਰਟੈਂਟ ਰਹਿਣ ਵਾਲੀ ਆ ਸਾਰੀ ਐਂਡ ਤੱਕ ਜਰੂਰ ਦੇਖਿਓ ਅੱਜ ਆਪਾਂ ਗੱਲ ਕਰਾਂਗੇ ਬੂਰ ਬਾਰੇ ਜਿਹਨੂੰ ਆਪਾਂ ਕਹਿ ਦਿੰਨੇ ਆ ਵੀ ਦੁੱਧਿਆ ਸਟੇਜ ਦੇ ਵਿੱਚ ਵੀ ਕਿਵੇਂ ਬਣਦਾ ਬੂਰ ਦੇ ਕੀ ਬੈਨੀਫਿਟ ਆ ਕੀ ਨਹੀਂ ਹੈਗਾ ਸਭ ਤੋਂ ਪਹਿਲਾਂ ਗੱਲ ਕਰੀਏ ਬੂਰ ਦੀ ਤਾਂ ਬੂਰ ਆ ਜਿਹੜਾ ਇਹਨੂੰ ਆਪਾਂ ਅੰਗਰੇਜ਼ੀ ਦੇ ਵਿੱਚ ਪੋਲੀਨੇਸ਼ਨ ਕਹਿੰਦੇ ਨੇ ਤੇ ਇਹਦਾ ਟਾਈਮ ਆ ਜਿਹੜਾ ਪ੍ਰਕਿਰਿਆ ਕਰਨ ਦਾ ਉਹ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਆ ਪੀਕ ਟਾਈਮ ਵੈਸੇ ਜੇ ਮੌਸਮ ਸਹੀ ਹੋਵੇ ਤਾਂ ਸਵੇਰੇ 8 ਤੋਂ ਲੈ ਕੇ 4 ਵਜੇ ਤੱਕ ਵੀ ਹੁੰਦਾ ਰਹਿੰਦਾ ਤੇ 30 ਮਿੰਟ ਦੇ ਲਈ ਇਹ ਬੂਟਾ ਜਿਹੜਾ ਫੁੱਲ ਖੁੱਲਦਾ ਤੇ ਉਹਦੇ ਵਿੱਚ ਮੇਲ ਪਾਰਟ ਆ ਜਿਹੜਾ ਉਹ ਫੁੱਲ ਦਾ ਡਿੱਗ ਜਾਂਦਾ ਮੇਲ ਪਾਰਟ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਉਹਨੂੰ ਸਟੈਮਨ ਕਹਿ ਦਿੰਨੇ ਆ ਤੇ ਫੀਮੇਲ ਪਾਰਟ ਨੂੰ ਆਪਾਂ ਪਿਸਟਲ ਕਹਿ ਦਿੰਨੇ ਆ ਪਿਸਟਲ ਦੇ ਵਿੱਚ ਸਟਿਗਮਾ ਜਿਹੜਾ ਮੇਨ ਕੰਮ ਕਰਦਾ ਤੇ ਉਹਦੇ ਵਿੱਚ ਆਪਣੇ ਕੋਲੇ ਸਟੈਮਨ ਕੰਮ ਕੰਮ ਕਰਦਾ ਜਿਹੜਾ ਮੇਨ ਕੰਮ ਹੈ ਤੇ ਜਿਹੜੀ ਪੋਲੀਨੇਸ਼ਨ ਹੁੰਦੀ ਆ ਉਹ ਕਿਹਦੇ ਨਾਲ ਹੁੰਦੀ ਆ ਉਹ ਹਵਾ ਨਾਲ ਹੁੰਦੀ ਆ ਮੇਨ ਇੱਕ ਬੂਟੇ ਦੇ ਵਿੱਚ ਹੀ ਹੁੰਦੀ ਆ ਤੁਸੀਂ ਦੇਖ ਸਕਦੇ ਹੋ ਡਾਇਗਰਾਮ ਦੇ ਵਿੱਚ ਜਿਹੜੀ ਪੋਲੀਨੇਸ਼ਨ ਆ ਉਹ ਰਾਈਸ ਦੀ ਕਿਵੇਂ ਹੋ ਰਹੀ ਆ ਤੇ ਇਹ ਉਹ ਸਟੇਜ ਹੈ ਜਿਹਦੇ ਤੇ ਤੁਹਾਡੇ ਕੋਲੇ ਝਾੜ ਡਿਪੈਂਡ ਕਰਨਾ 5-7 ਮੰਨਦੇ ਤਾਂ ਆਮ ਮਾਮੂਲੀ ਜੀ ਗੱਲ ਹੈ ਤੇ ਡਿਪੈਂਡ ਕਰਦਾ ਆਪਣੇ ਕੋਲੇ ਮੌਸਮ ਦੇ ਉੱਤੇ ਤੇ ਆਪਾਂ ਉਹਨੂੰ ਕਿਵੇਂ ਮੇਨਟੇਨ ਕਰਦੇ ਆ ਪਾਣੀ ਕਿਵੇਂ ਲਾਉਨੇ ਆ ਕਿਵੇਂ ਨਹੀਂ ਲਾਉਂਦੇ ਇਹ ਦੋ ਤਿੰਨ ਚੀਜ਼ਾਂ ਧਿਆਨ ਚ ਰੱਖਣੀਆਂ ਨੇ ਪਰ ਇਹ ਸਟੇਜ ਤੇ ਆ ਕੇ ਪਾਣੀ ਦੀ ਲੋੜ ਆ ਜਿਹੜੀ ਉਹ ਬਹੁਤ ਜ਼ਿਆਦਾ ਹੁੰਦੀ ਆ ਕਿਉਂ ਹੁੰਦੀ ਆ ਕਿਉਂਕਿ ਜਦੋਂ ਵੀ ਆਪਣੇ ਕੋਲੇ ਪੋਲੀਨੇਸ਼ਨ ਹੁੰਦੀ ਆ ਜਾਂ ਰੀਪ੍ਰੋਡਕਸ਼ਨ ਹੁੰਦਾ ਪ੍ਰਕਿਰਿਆ ਹੁੰਦੀ ਆ ਸਾਰੀ ਇਹ ਬੂਟੇ ਦੇ ਵਿੱਚ ਇਹ ਆਪਣੇ ਕੋਲੇ 5 ਤੋਂ ਲੈ ਕੇ 10 ਦਿਨਾਂ ਦਾ ਪ੍ਰੋਸੈਸ ਆ ਘੱਟੋ ਘੱਟ 5 ਛੋਟੀਆਂ ਵੈਰਾਈਟੀਆਂ ਲਈ ਵੱਧੋ ਵੱਧ 10 ਤੋਂ ਲੈ ਕੇ ਤੁਸੀਂ 15 ਦਿਨਾਂ ਦੇ ਤੱਕ ਮੰਨ ਸਕਦੇ ਹੋ ਤੇ ਬੂੜ ਪੈਣ ਦੇ ਵੇਲੇ ਆਪਣੇ ਕੋਲੇ ਨਮੀ ਹੋਣੀ ਬਹੁਤ ਜ਼ਰੂਰੀ ਆ ਟੈਂਪਰੇਚਰ ਆ ਜਿਹੜਾ ਘੱਟ ਹੋਣਾ ਚਾਹੀਦਾ ਪਰ ਹੁਣ ਜਿਹੜੇ ਹਸਾਬ ਨਾਲ ਹੁਣ ਗਰਮੀ ਪੈ ਰਹੀ ਆ ਉਸ ਹਸਾਬ ਨਾਲ ਝੋਨਿਆਂ ਦੇ ਉੱਤੇ ਅਸਰ ਹੋਊਗਾ ਜਿਵੇਂ ਆਪਾਂ ਕਹਿ ਨਹੀਂ ਦਿੰਦੇ ਵੀ ਜਦੋਂ ਜਾਦੀ ਗਰਮੀ ਪੈ ਜੇ ਜਾਂ ਜਾਦੀਆਂ ਬਾਰਸ਼ਾਂ ਪੈ ਜਾਣਾ ਉਦੋਂ ਝਾੜ ਘਟ ਜਾਂਦਾ ਫੋਕ ਬਣ ਜਾਂਦੀ ਐ ਤਾਂ ਫੋਕ ਬਣਨ ਦਾ ਕਾਰਨ ਇਹ ਮੇਨ ਬੂੜ ਹੀ ਐ ਜਿਹੜੀਆਂ ਆਪਾਂ ਮੇਨ ਗਲਤੀਆਂ ਕਰਦੇ ਆ ਉਹ ਕੀ ਕਰਦੇ ਆ ਜਦੋਂ ਸਪਰੇਅ ਕਰਦਨੇ ਆ ਚੱਕੇ ਵੀ ਸੁੰਡੀ ਨੂੰ ਮਾਰਦੇ ਮਾਰਦੇ ਤੁਸੀਂ ਆਪਦਾ 5-7 ਮਾਣ ਝਾੜ ਘਟਾ ਲੈਣਾ ਦਾਣੇ ਕਾਲੇ ਕਰ ਲੈਣੇ ਆ ਬੂੜਾ ਜਿਹੜਾ ਡਿੱਗ ਜਾਣਾ ਤਾਂ ਜਦੋਂ ਤੁਹਾਡੇ ਕੋਲੇ ਬੱਲੀ ਬਾਹਰ ਨਿਕਲ ਜੇ ਉਹਦੇ 'ਚ ਬੂੜ ਬੰਨ ਲੱਗ ਜੇ ਤਾਂ ਕੋਈ ਵੀ ਸਪਰੇਅ ਨਹੀਂ ਕਰਨੀ ਤੇ 2 ਇੰਚ ਪਾਣੀ ਘਟੋ ਘਟ ਖੜਾ ਕੇ ਰੱਖਣਾ ਹਨਾ ਪਰ ਇਹ ਟਾਈਮ ਦੇ ਉੱਤੇ ਪਾਣੀ ਦੀ ਆਪਣੇ ਕੋਲੇ ਇੰਨੀ ਸ਼ਾਰਟੇਜ ਹੋ ਰਹੀ ਆ ਵੀ ਪਾਣੀ ਲਾਉਣੇ ਆ ਤੇ ਨਾਲ ਦੀ ਨਾਲ ਸੁੱਕ ਜਾਂਦਾ ਪਰ ਜਿੱਥੇ ਤੁਸੀਂ ਸਖਾਸ ਕਾ ਕੇ ਲਾ ਰਹੇ ਹੋ ਬੇਵਜਾ ਉਹ ਨਹੀਂ ਲਾਉਣਾ ਸਖਾਸਕਾ ਕੇ ਲਾਓ ਜਿਹਦੇ ਕੋਲੇ ਕੋਈ ਸਾਧਨ ਨਹੀਂ ਹੈਗਾ ਪਰ ਜਿਹਦੇ ਕੋਲੇ ਸਾਧਨ ਹੈਗਾ ਤਾਂ ਉਸ ਘਾ ਕੇ ਨਾਲ ਲਾਓ ਹੁਣ ਪਾਣੀ ਤੰਨ ਕੇ ਰੱਖੋ ਜਮਾ ਇੱਕ ਵਾਰੀ ਆ ਮੇਰੇ ਦੇਖ ਲਓ ਏਰੀਆ ਦੇ ਵਿੱਚ ਅੱਜ ਦਾ ਟੈਂਪਰੇਚਰ 34 ਡਿਗਰੀ ਹੈ 30 ਡਿਗਰੀ ਤੋਂ ਥੱਲੇ ਥੱਲੇ ਜਾਂ 32 ਡਿਗਰੀ ਤੋਂ ਜੇ ਥੱਲੇ ਥੱਲੇ ਟੈਂਪਰੇਚਰ ਹੋਊਗਾ ਤਾਂ ਝਾੜ ਆ ਜਿਹੜਾ ਉਹ ਪੂਰਾ ਵਧੀਆ ਹੋਊਗਾ ਜਦੋਂ ਆਪਣੇ ਕੋਲੇ 35 ਤੋਂ ਉੱਤੇ ਹੋ ਜੇ ਟੈਂਪਰੇਚਰ ਤਾਂ ਉਦੋਂ ਨੁਕਸਾਨ ਆ ਜਿਹੜਾ ਉਹ ਫਸਲ ਦਾ ਦੇਖਣ ਨੂੰ ਮਿਲਦਾ ਹੀ ਮਿਲਦਾ ਹੈ ਪਰ ਇਹਨੂੰ ਮੇਨਟੇਨ ਕਰਨ ਦੇ ਲਈ ਤੁਸੀਂ ਕੀ ਕਰ ਸਕਦੇ ਹੋ ਪਾਣੀ ਵੱਧ ਤੋਂ ਵੱਧ ਲਾ ਕੇ ਰੱਖੋ ਤੰਨ ਕੇ ਰੱਖੋ ਸਪਰੇ ਨਹੀਂ ਕਰਨੀ ਕੋਈ ਵਿੱਚ ਨਹੀਂ ਵੜਨਾ ਜਿਦੀ ਦੇ ਵਿੱਚ ਇਹਨੂੰ ਡਿਸਟਰਬ ਨਹੀਂ ਕਰਨਾ 5-7 ਦਿਨ ਜਿੰਨੇ ਹੈਗੇ ਨੇ ਬੂਰ ਦੇ ਤੇ ਬੂਰਜ ਪਹਿਲਾਂ ਸਭ ਤੋਂ ਉੱਤੇ ਹੋਊਗਾ ਮੁੰਜਰ ਦੇ ਫਿਰ ਵਿਚਾਲੇ ਹੋਊਗਾ ਫਿਰ ਜਮਾ ਥੱਲੇ ਹੋਊ ਐਂਡ ਤੇ ਉੱਤੇ ਇਹ ਸਾਰਾ ਪ੍ਰੋਸੈਸ 5-7 ਦਿਨਾਂ ਦਾ ਕੋਈ ਬਾਲੀ ਵੱਡੀ ਖੇਡ ਨਹੀਂ ਹੈਗੀ ਜਿਹੜੀਆਂ ਛੋਟੀਆਂ ਵੈਰੈਟੀਆਂ ਨੇ 1699 PR126 ਉਹਨਾਂ ਦੇ ਵਿੱਚ ਜਲਦੀ ਇੱਕੋ ਸਾਰੀ ਸਾਰਾ ਕੁਝ ਬੂਰ ਆ ਕੇ ਸਾਰਾ ਮੁੰਜਰਾ ਪੱਕ ਜਾਂਦੀਆਂ ਨੇ ਹਾਂ ਜਦੋਂ ਮੁੰਜਰ ਬਣ ਗਈ ਉਸ ਤੋਂ ਬਾਅਦ ਪਾਣੀ ਤੁਸੀਂ ਸਖਾਸ ਕਾ ਕੇ ਜਿਹੜਾ ਉਹ ਲਾ ਸਕਦੇ ਹੋ ਤਾਂ ਇਹ ਵਧੀਆ ਸਟੇਜ ਹੈ ਇੱਕ ਇੱਥੇ ਆ ਕੇ ਗਲਤੀ ਨਾ ਕਰੋ ਹਾਂ ਪਰ ਇੱਕ ਤੁਹਾਨੂੰ ਇੱਥੇ ਇਹਦਾ ਨੁਕਸਾਨ ਵੀ ਦੇਖਣ ਨੂੰ ਮਿਲ ਸਕਦਾ ਵੀ ਜਦੋਂ ਤੁਸੀਂ ਪਾਣੀ ਭਰ ਕੇ ਲਾਓਗੇ ਤਾਂ ਉਹਦੇ ਨਾਲ ਉੱਲੀ ਰੋਗ ਆ ਜਿਹੜਾ ਉਹ ਸਾਰਿਆਂ ਤੋਂ ਜ਼ਿਆਦਾ ਆਊਗਾ ਉੱਲੀ ਰੋਗ ਦੇ ਨਾਲ ਜੜਾਂ 'ਚ ਨਮੀ ਹੋਊਗੀ ਤਾਂ ਉਹਦੇ ਨਾਲ ਤੇਲਾ ਵੀ ਜ਼ਿਆਦਾ ਆਊਗਾ ਪਰ ਉਹਦਾ ਆਪਾਂ ਕੰਟਰੋਲ ਕਰ ਲੈਣਾ ਹੁਣ ਤੁਸੀਂ ਸਪਰੇਅ ਕੀਤੀ ਹੋਈ ਇੱਕ ਫੰਗੀਸਾਈਡ ਵਧੀਆ ਕੀਤਾ ਹੋਇਆ ਤਾਂ ਉਸ ਤੋਂ ਬਾਅਦ ਜਦੋਂ ਦਾਣੇ ਪੱਕ ਗਏ ਉਸ ਤੋਂ ਬਾਅਦ ਆਪਾਂ ਚੈਸ ਤੇ ਇੱਕ ਕੋਈ ਵਧੀਆ ਫੰਗੀਸਾਈਡ ਜਿਹੜਾ ਕੋਈ ਵੀ ਤੁਸੀਂ ਐਜੋਕਸੀ ਜਾਂ ਕੋਈ ਵੀ ਕਰ ਸਕਦੇ ਉਹਦੇ ਲਈ ਆਪਾਂ ਅਲੱਗ ਵੀਡੀਓ ਬਣਾਵਾਂਗੇ ਪਰ ਹੁਣ ਕੋਈ ਗਲਤੀ ਨਹੀਂ ਕਰਨੀ ਸੁੰਡੀ ਮਾਰਦੇ ਮਾਰਦੇ ਤੁਸੀਂ ਮੈਂ ਦੇਖਿਆ ਇੱਥੇ ਝੋਨਾ ਆਹ ਕੰਡੀਸ਼ਨ ਦੇ ਵਿੱਚ ਹੈ ਤੇ ਲੋਕ ਸਪਰੇਹਾਂ ਕਰਾਈ ਜਾਂਦੇ ਨੇ ਹਨਾ ਪੱਤਿਆਂ ਦੇ ਉੱਤੇ ਡਾਇਰੈਕਟ ਇਨਟੇਕ ਕਰਾਈ ਜਾਂਦੇ ਨੇ ਬੱਲੀਆਂ ਦੇ ਉੱਤੇ ਡਾਇਰੈਕਟ ਜਦੋਂ ਫੁਹਾਰਾ ਵੱਜਦਾ ਵਿੱਚ ਖੇਤ ਡਿਸਟਰਬ ਹੁੰਦਾ ਦੁਪਹਿਰੇ ਤੁਸੀਂ ਦਵਾਈ ਕਰਾਉਣੇ ਹੋ ਸਵੇਰ ਦੇ ਟਾਈਮ ਦਵਾਈ ਕਰਾਉਣੇ ਹੋ ਤਾਂ ਉਹ ਡਿਸਟਰਬ ਹੋ ਜਾਂਦਾ ਸਾਰਾ ਸਿਸਟਮ ਇਹ ਚੀਜ਼ ਨਾ ਕਰੋ ਸਾਵਧਾਨੀ ਵਰਤੋਗੇ ਹਾਂ ਪੰਜ ਸਤ ਮਾਨ ਜਿਹੜਾ ਤੁਹਾਡਾ ਝੋਨਾ ਉਹ ਆਮ ਨਾਲ ਹੀ ਵਧ ਜਾਣਾ ਪਰ ਜੇ ਗਰਮੀ ਪਈ ਗਈ ਦਾਣੇ ਬਨਨਗੇ ਪਰ ਦਾਣਿਆਂ ਦਾ ਵਜਨ ਜਿਹੜਾ ਉਹ ਬਹੁਤ ਹੌਲਾ ਹੋਊਗਾ ਝਾੜ ਤੁਹਾਡਾ ਕਿੱਥੇ ਵਧਣਾ ਸੀ ਕਿੱਥੇ ਉਹ ਘਟ ਜਾਣਾ ਉਹਦੀ ਕੁਆਲਿਟੀ ਹੈ ਜਿਹੜੀ ਉਹ ਲੋ ਹੋਊਗੀ ਕਿਉਂ ਕਿਉਂਕਿ ਜਿੰਨੀ ਜ਼ਿਆਦਾ ਗਰਮੀ ਹੋਊਗੀ ਉਦੋਂ ਮੇਲਪਾਰਟ ਜਿਹੜਾ ਹੁੰਦਾ ਫਲਾਵਰ ਦਾ ਉਹ ਕੰਮ ਛੱਡ ਜਾਂਦਾ ਹੈਨਾ ਤੁਸੀਂ ਲਾ ਲਿਆ ਹੋਣਾ ਹਿਸਾਬ ਕੰਮ ਛੱਡਣ ਤੋਂ ਕੰਮ ਨਹੀਂ ਕਰੂਗਾ ਉਹ ਤਾਂ ਫਸਲ ਤੇ ਉੱਤੇ ਸਿੱਧੇ ਦਾ ਸਿੱਧਾ ਅਸਰ ਪਊਗਾ ਤੁਹਾਡਾ ਤੇ ਬਾਕੀ ਵੀਡੀਓ ਇਸ ਤਰ੍ਹਾਂ ਦੀਆਂ ਪੈਂਦੀਆਂ ਰਹਿਣੀਆਂ ਚੈਨਲ ਦੇ ਉੱਤੇ ਇਹ ਮੇਰੇ ਕੋਲੇ ਸੁਪਰ ਸੀਰ 212 ਚੋਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੋਰ ਅਪਡੇਟ ਦੇ ਲਈ